ਸ਼ਹਿਰ ਦਾ ਬਹੁਤ ਹੀ ਮਸ਼ਹੂਰ ਕਲੱਬ ਹੈ ਜੀ, ਜਿਮਖਾਨਾ ਕਲੱਬ। ਔਰ ਇਹਦੀ ਜਦੋਂ ਵੀ ਇਲੈਕਸ਼ਨ ਆਉਂਦੀ ਹੈ ਨਾ ਜੀ, ਉਹ ਇੱਕ ਵਿਧਾਨ ਸਭਾ ਜਾਂ ਲੋਕ ਸਭਾ ਦੀਆਂ ਚੋਣਾਂ ਦੇ ਬਰਾਬਰ ਲੋਕ ਇਹਦਾ ਇੰਤਜ਼ਾਰ ਕਰਦੇ ਨੇ। ਹੁਣ ਆਪਾਂ ਸੋਚਦੇ ਹਾਂ ਵੀ ਲੋਕ ਸਭਾ ਚੋਣਾਂ ਅਤੇ ਵਿਧਾਨ ਸਭਾ ਚੋਣਾਂ ਦਾ ਇੱਕ ਨੋਰਮਲ ਕਲੱਬ ਦੇ ਨਾਲ ਕਿਸ ਤਰ੍ਹਾਂ ਮੁਕਾਬਲਾ ਕੀਤਾ ਜਾ ਸਕਦਾ ਹੈ। ਦੋਸਤੋ, ਵੈਸੇ ਤਾਂ ਜੇ ਮੈਂ ਸਹੀ ਕਹਾਂ, ਗਲਤ ਨਾ ਬੋਲਾਂ, ਤਾਂ ਇੱਕ ਵਿਧਾਨ ਸਭਾ ਚੋਣਾਂ ਲਈ ਇੱਕ ਅਗਰ ਇੱਕ MLA ਕੋਈ ਬਜਟ ਖਰਚਦਾ ਨਾ ਜੀ, ਤਾਂ ਉਹਦੇ ਲਗਭਗ ਬਰਾਬਰ ਜਾਂ ਕਈ ਵਾਰ ਤਾਂ ਉਸ ਤੋਂ ਜ਼ਿਆਦਾ ਬਜਟ ਵੀ ਜਿਹੜਾ ਨਾ ਇਹ ਜਿਮਖਾਨਾ ਕਲੱਬ ਦੀਆਂ ਚੋਣਾਂ 'ਤੇ ਲੱਗ ਜਾਂਦਾ ਹੈ। ਹਾਲ ਹੀ ਦੇ ਵਿੱਚ ਜਿਹੜੀ ਹੁਣ ਚੋਣਾਂ ਹੋਣ ਜਾ ਰਹੀਆਂ, ਔਰ ਜਿਹੜੇ ਦੋ ਗਰੁੱਪ ਬਣੇ ਨੇ, ਪ੍ਰੋਗਰੈਸਿਵ ਅਤੇ ਅਚੀਵਰ, ਇਹਨਾਂ ਦੋਨਾਂ ਵੱਲੋਂ ਅਗਰ ਪੁਰਾਣੇ ਸਮੇਂ ਨੂੰ ਅਗਰ ਆਪਾਂ ਮੱਦੇਨਜ਼ਰ ਰੱਖੀਏ, ਤਾਂ ਮੈਨੂੰ ਲੱਗਦਾ ਵੀ ਲਗਭਗ 70 ਤੋਂ 80 ਲੱਖ ਰੁਪਏ ਦਾ ਬਜਟ 'ਤੇ ਇਹਨਾਂ ਦੋਨਾਂ ਵੱਲੋਂ ਖਰਚਿਆ ਜਾਏਗਾ ਘੱਟੋ ਘੱਟ। ਸੋ 80 ਲੱਖ ਦਾ ਬਜਟ ਲਗਾ ਕੇ ਬਿਨਾਂ ਤਨਖਾਹ ਦੀ ਕਿਸੇ ਪੋਸਟ ਦੇ ਉੱਪਰ ਆਉਣਾ, ਔਰ ਉਹਦੇ ਲਈ ਪੂਰੇ ਸ਼ਹਿਰ ਦੇ ਵਿੱਚ ਡੋਰ ਟੂ ਡੋਰ ਜਾ ਕੇ ਕਰਨਾ, ਈਵਨ ਕਿ 50-50, 60-60 ਕਿਲੋਮੀਟਰ ਰੋਜ਼ ਇੱਕ ਵੋਟ ਵਾਸਤੇ ਜਾਣਾ ਪ੍ਰਚਾਰ ਕਰਨ ਲਈ, ਕੁਛ ਤਾਂ ਇਹਦੇ 'ਚ ਗੱਲਬਾਤ ਹੈਗੀ ਹੈ। ਹੁਣ ਇਹ ਗੱਲ ਕੀ ਹੈ? ਪ੍ਰੈਸਟੀਜ, ਇੱਜ਼ਤ, ਸ਼ਾਨੋ ਸ਼ੌਕਤ ਜਾਂ ਫਿਰ ਕੁਝ ਹੋਰ? ਦੋਸਤੋ, ਇਹ ਗੱਲਾਂ ਤਾਂ ਬਹੁਤ ਦਿਨਾਂ ਤੋਂ ਬੜੇ ਬੰਦਿਆਂ ਦੇ ਇਹ ਜ਼ਿਹਨ 'ਚ ਗੱਲਾਂ ਆਉਂਦੀਆਂ, ਬਟ ਚਲੋ ਆਪਾਂ ਕਰਦੇ ਰਹਾਂਗੇ, ਬਹੁਤ ਸਾਰੀਆਂ ਗੱਲਾਂ ਕਰਨੀਆਂ। ਰੋਜ਼ ਅਸੀਂ ਤੁਹਾਨੂੰ ਵੱਖ ਵੱਖ ਵੀਡੀਓ ਬਣਾ ਕੇ ਦਿਖਾਉਣੇ ਵੀ ਹੈ, ਔਰ ਤੁਹਾਨੂੰ ਬਹੁਤ ਸਾਰੀਆਂ ਗੱਲਾਂ ਨਾਲ ਜਾਣੂ ਵੀ ਕਰਾਉਣਾ ਹੈ। ਆਪਾਂ ਅੱਜ ਦੀ ਗੱਲ ਕਰੀਏ ਤਾਂ ਅਚੀਵਰਸ ਗਰੁੱਪ ਵੱਲੋਂ ਇੱਕ ਨਵੀਂ ਐਗਜ਼ੀਕਿਊਟਿਵ ਮੈਂਬਰ ਨੂੰ ਚੋਣ ਲੜਾਉਣ ਦਾ ਐਲਾਨ ਕੀਤਾ ਜਾ ਰਿਹਾ ਜੀ, ਵਿਨੀ ਸ਼ਰਮਾ। ਵਿਨੀ ਸ਼ਰਮਾ ਜਿਨ੍ਹਾਂ ਦੇ ਪਿਤਾ ਜੀ ਪੁਰਾਣੇ ਮੈਂਬਰ ਨੇ ਇਸ ਕਲੱਬ ਦੇ ਔਰ ਸਪੋਰਟਸ ਇੰਡਸਟਰੀ ਨਾਲ ਤਾਲੁਕ ਰੱਖਦੇ ਨੇ, ਉਹ ਵੀ ਇੱਕ ਮਹਿਲਾ ਸਸ਼ਕਤੀਕਰਨ ਦੇ ਗੱਲਬਾਤ ਨੂੰ ਲੈ ਕੇ, ਉਸ ਮੁੱਦੇ ਨੂੰ ਲੈ ਕੇ ਚੁਣਾਵੀ ਅਖਾੜੇ 'ਚ ਉਤਰਨ ਜਾ ਰਹੇ ਨੇ। ਉਹਨਾਂ ਨੇ ਇਹ ਕਹਿ ਦਿੱਤਾ ਹੈ ਵੀ ਮੈਂ ਬਤੌਰ ਐਗਜ਼ੀਕਿਊਟਿਵ ਮੈਂਬਰ ਚੋਣ ਲੜਾਂਗੀ, ਔਰ ਉਹਨਾਂ ਨੇ ਇਹ ਵੀ ਕਿਹਾ ਵੀ ਉਹਨਾਂ ਦੇ ਪਿਤਾ ਜੀ ਪਿਛਲੇ ਲੰਬੇ ਸਮੇਂ ਤੋਂ ਉਹਨਾਂ ਨੂੰ ਕਹਿ ਰਹੇ ਸੀਗੇ ਬਈ ਤੁਸੀਂ ਚੋਣਾਂ ਲੜੋ, ਕਲੱਬ ਦੇ ਵਿੱਚ ਐਕਟਿਵ ਜਿਹੜਾ ਪਾਰਟੀਸਪੇਟ ਕਰੋ, ਔਰ ਕਲੱਬ ਦੀ ਬਿਹਤਰੀ ਲਈ, ਕਲੱਬ ਦੇ ਮੈਂਬਰਾਂ ਲਈ, ਉਹਨਾਂ ਦੀ ਸੇਵਾ ਲਈ ਤੁਸੀਂ ਅੱਗੇ ਵੱਧ ਚੜ੍ਹ ਕੇ ਆਓ। ਹੁਣ ਉਹਨਾਂ ਦਾ ਜਿਹੜਾ ਇਹ ਚੁਣਾਵੀ ਸਫ਼ਰ ਹੈ ਉਹ ਕਿੰਨਾ ਕੁ ਸਹੀ ਰਹਿੰਦਾ ਹੈ, ਕਿਆ ਉਹ ਇਸ ਸਟੇਜ ਦੇ ਉੱਪਰ, ਕਿਉਂਕਿ ਨਾਮਾਂਕਣ ਜਿਹੜੇ ਉਹਨਾਂ ਦੇ ਗਰੁੱਪ ਵੱਲੋਂ ਤਾਂ ਲਗਭਗ ਸਾਰੇ ਕੱਲ੍ਹ ਭਰੇ ਗਏ ਸੀਗੇ, ਸਿਰਫ ਔਰ ਸਿਰਫ ਇੱਕ ਅਮਿਤ ਕੁਕਰੇਜਾ ਜਿਹੜੇ ਕਿ ਜੂਨੀਅਰ ਵਾਈਸ ਪ੍ਰਧਾਨ ਦੀ ਪੋਸਟ ਦੇ ਉੱਪਰ ਚੋਣ ਲੜ ਰਹੇ ਆ, ਉਹਨਾਂ ਵੱਲੋਂ ਆਪਣਾ ਨਾਮਾਂਕਣ ਨਹੀਂ ਭਰਿਆ ਗਿਆ। ਹੁਣ ਇਸ ਸਟੇਜ ਦੇ ਉੱਪਰ ਉਹ ਕਿੰਨਾ ਕੁ ਆਪਣੀ ਵਰਕਿੰਗ ਕਰਦੇ ਨੇ, ਕਿੰਨਾ ਮੈਂਬਰਾਂ ਜਾਂਦੇ ਨੇ, ਇਹ ਥੋੜ੍ਹਾ ਸਮੇਂ ਦੱਸੇਗਾ। ਇਸ ਦੇ ਨਾਲ ਹੀ ਇੱਕ ਹੋਰ ਮੈਂਬਰ, ਬੜੇ ਹੀ ਐਕਟਿਵ ਮੈਂਬਰ ਨੇ, ਪਿਛਲੀ ਵਾਰੀ ਇੱਕ ਬ੍ਰਦਰ ਗਰੁੱਪ ਨਾਮ 'ਤੇ ਇੱਕ ਬੜਾ ਵੱਡਾ ਇੱਕ ਗਰੁੱਪ ਫੋਰਮ ਹੋਇਆ ਸੀ ਜਿਹਨੂੰ ਬਣਾਉਣ 'ਚ ਉਹਨਾਂ ਦਾ ਕਾਫੀ ਯੋਗਦਾਨ ਰਿਹਾ, ਉਹਨਾਂ ਦੇ ਵੀ ਚੋਣਾਂ ਦੇ ਵਿੱਚ ਬਤੌਰ ਐਗਜ਼ੀਕਿਊਟਿਵ ਮੈਂਬਰ ਆਉਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ, ਔਰ ਅਗਰ ਸਭ ਕੁਝ ਸਹੀ ਰਹਿੰਦਾ ਤਾਂ ਅੱਜ ਸ਼ਾਮ ਤੱਕ ਇਹਦੀ ਘੋਸ਼ਣਾ ਕਰ ਦਿੱਤੀ ਜਾਏਗੀ। ਰਜਨੀਸ਼ ਸ਼ਰਮਾ ਉਰਫ ਬੌਬੀ, ਜਿਹੜੇ ਕਿ ਇਨਕਮ ਟੈਕਸ ਵਿਭਾਗ ਦੇ ਵਿੱਚ ਤੈਨਾਤ ਹੈਗੇ ਨੇ, ਔਰ ਪਿਛਲੇ ਕਾਫੀ ਸਾਲਾਂ ਤੋਂ ਕਲੱਬ ਦੇ ਵਿੱਚ ਸਕ੍ਰਿਏ ਦੇਖੇ ਜਾਂਦੇ ਨੇ, ਔਰ ਇੱਕ ਆਪਣਾ ਇੱਕ ਉਹਨਾਂ ਦਾ ਕਲੱਬ ਦੇ ਵਿੱਚ ਬਹੁਤ ਜ਼ਿਆਦਾ ਐਕਟੀਵਿਟੀਜ਼ ਵਿੱਚ ਪਾਰਟੀਸਪੇਟ ਕਰਦੇ ਆ, ਉਹਨਾਂ ਵੱਲੋਂ ਵੀ ਸ਼ਾਇਦ ਇਸ ਇਲੈਕਸ਼ਨ ਦੇ ਵਿੱਚ ਬਤੌਰ ਐਗਜ਼ੀਕਿਊਟਿਵ ਮੈਂਬਰ ਆਉਣ ਦੀ ਉਮੀਦ ਜਤਾਈ ਜਾ ਰਹੀ ਹੈ, ਪਰ ਕਿਸ ਗਰੁੱਪ ਵੱਲੋਂ ਆਉਣਗੇ ਹਾਲੇ ਇਸ ਗੱਲ ਦੀ ਕਨਫਰਮੇਸ਼ਨ ਨਹੀਂ ਹੈਗੀ। ਦੋਸਤੋ, ਇੱਕ ਛੋਟਾ ਜਿਹਾ ਅਪਡੇਟ ਸੀ ਅੱਜ ਦਾ, ਨਵਾਂ ਅਪਡੇਟ ਲੈ ਕੇ ਅਸੀਂ ਤੁਹਾਡੇ ਨਾਲ ਫਿਰ ਹਾਜ਼ਰ ਹੋਵਾਂਗੇ। ਅਗਰ ਤੁਸੀਂ ਕੋਈ ਗੱਲ, ਤੁਹਾਡੇ ਕੋਲ ਕੋਈ ਸਵਾਲ ਹੈ, ਕੋਈ ਸੁਝਾਵ ਹੈ,
ਕੋਈ ਖਬਰ ਹੈ ਜਿਹੜੀ ਤੁਸੀਂ ਚਾਹੁੰਦੇ ਹੋ ਮੈਂ ਮੇਰੇ ਚੈਨਲ ਦੇ ਮਾਧਿਅਮ ਨਾਲ, ਤੁਹਾਡਾ ਜਿਹੜਾ ਆਪਣਾ ਚੈਨਲ ਅਗਰ ਅਸੀਂ ਉਹਨੂੰ ਦਿਖਾਈਏ ਤਾਂ ਮੈਨੂੰ ਜ਼ਰੂਰ ਵਟਸਐਪ ਕਰੋ, ਮੇਰੇ ਨੀਚੇ ਦਿੱਤੇ ਨੰਬਰ ਦੇ ਉੱਪਰ ਤੁਸੀਂ ਮੈਨੂੰ ਫੋਨ ਵੀ ਕਰ ਸਕਦੇ ਹੋ। ਤਦ ਤੱਕ ਤੁਸੀਂ ਮੇਰੇ ਨਾਲ ਬਣੇ ਰਹੋ, ਜੁੜੇ ਰਹੋ, ਦੇਖਦੇ ਰਹੋ ਹੌਟ ਨਿਊਜ਼ ਇੰਡੀਆ। ਨਮਸਕਾਰ।